ਸਰਕਾਰੀ ਬੈਂਕਾਂ ਦੇ ਵਿੱਚ ਵੀ ਤੁਹਾਡੇ ਪੈਸੇ ਸੁਰੱਖਿਅਤ ਨਹੀਂ ਨੇ। SBI ਦੀ ਬ੍ਰਾਂਚ ਵਿੱਚ ਲੱਖਾਂ ਰੁਪਏ ਅਤੇ ਸੋਨੇ ਦਾ ਗਬਨ ਹੋਇਆ ਹੈ। ਤਲਵੰਡੀ ਸਾਬੋ ਦੇ ਪਿੰਡ ਸ਼ੇਖੂਪੁਰਾ ਦੀ ਬ੍ਰਾਂਚ ਦਾ ਮਾਮਲਾ ਸਾਹਮਣੇ ਆਇਆ। ਕਰੀਬ 2 ਦਰਜਨ ਲੋਕਾਂ ਦੇ ਬੈਂਕ ਖਾਤਿਆਂ ਤੇ ਲੋਕਰਾਂ ਦੇ ਵਿੱਚੋਂ ਪੈਸਾ ਤੇ ਸੋਨਾ ਕੱਢਿਆ ਗਿਆ। ਬੈਂਕ ਦੇ ਕੈਸ਼ੀਅਰ ਤੇ ਗਬਨ ਕਰਨ ਦੇ ਇਲਜ਼ਾਮ ਲੱਗੇ ਨੇ। ਕਿਸਾਨਾਂ ਨੇ ਬੈਂਕ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ। ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ। ਪੁਲਿਸ ਨੇ ਕੈਸ਼ੀਅਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਂਚ ਪੜਤਾਲ ਜਾਰੀ ਹੈ। ਸ਼ੁਰੂ ਤੋਂ ਜੀ 5ਵੇਂ ਮਹੀਨੇ ਤੋਂ ਚੱਲਿਆ ਸੀ ਕੰਮ, ਸਾਨੂੰ ਨਹੀਂ ਸੀ ਪਤਾ, ਅਸੀਂ ਇੱਥੇ ਆਏ ਨਹੀਂ। ਜਦੋਂ ਅਸੀਂ ਆਏ, ਜਦੋਂ ਇੱਥੇ ਦੇਖਿਆ, ਸਾਡੇ ਖਾਤੇ 'ਚ ਪੈਸੇ ਹੈ ਨਹੀਂ ਸੀ। 8.5 ਲੱਖ ਰੁਪਈਆ ਮੇਰਾ ਖੁੱਲ੍ਹੇ ਖਾਤੇ ਸੀਗਾ, 2.35 ਦੀ ਮੇਰੀ ਲਿਫਟ ਸੀ, 2.35 ਦੀ ਮੇਰੇ ਭਰਾ ਦੀ ਲਿਫਟ ਸੀ। ਸਰ ਅਸੀਂ ਬੱਚੇ ਨੂੰ ਬਾਹਰ ਤੋਂ ਸੀ, ਜਦੋਂ ਅਸੀਂ ਵਿੜਕ ਲਈ ਅਤੇ ਪੈਸੇ ਲੈਣ ਆਏ ਤਾਂ ਇਹ ਕਹਿੰਦੇ ਵੀ ਤੁਹਾਡੇ ਖਾਤੇ 'ਚ ਪੈਸਾ ਹੈ ਨਹੀਂ। ਹੋਰ ਕਿੰਨੇ ਕੁ ਬੰਦੇ ਨਾਲ ਹੋਇਆ ਬਈ ਜੀ? ਬੰਦੇ 20 ਜਣੇ ਆ ਜੀ, ਕੁਛ ਲੇੜੇ ਵਾਲੇ ਦੇ ਆ, ਕੁਛ ਸੇਫਪੁਰੇ ਦੇ ਆ, ਇੱਕ ਦੋ ਬੰਦੇ ਸਾਡੇ ਪਿੰਡ ਦੇ ਹੋਰ ਵੀ ਹੈ। ਅੱਛਾ, ਹਾਂਜੀ, ਉਹਨਾਂ ਨਾਲ ਪਹਿਲਾਂ ਵੀ ਹੋਇਆ ਸੀ, ਹੁਣ ਦੁਬਾਰੇ ਫਿਰ ਹੋਇਆ ਜੀ। ਬੈਂਕ ਨੇ ਵਿਸ਼ਵਾਸ ਬੈਂਕ 'ਤੇ ਕੀ ਰਹਿਣਾ ਸੀ ਜੀ ਸਾਡਾ? ਪੈਸੇ ਲੈ ਗਏ ਜੀ, ਮੇਰਾ 4,26,000 ਰੁਪਈਆ ਲੈ ਗਏ। 12 ਲੱਖ ਰੁਪਈਆ ਸੀ ਜੀ ਮੇਰਾ, ਬਾਕੀ ਤਾਂ ਮੈਂ ਲੈ ਗਿਆ ਸੀ ਅਤੇ 4,26,000 ਰਹਿ ਗਿਆ ਸੀ। ਇਕੱਲਾ ਕੈਸ਼ੀਅਰ ਪੈਸੇ ਕਿਵੇਂ ਲੈ ਜੂਗਾ ਜੀ? ਇੰਨੇ ਪੈਸੇ ਬੈਂਕ ਖਾਲੀ ਹੋ ਗਏ, ਮੈਨੇਜਰ ਨੂੰ ਪਤਾ ਹੀ ਨਹੀਂ। ਇਸ ਦੀ ਜਾਂਚ ਈਓ ਬੈਂਕ ਕੋਲ ਗਈ ਸੀ। ਈਓ ਬੈਂਕ ਨੇ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਕਿ ਕਾਫੀ ਜਣਿਆਂ ਦੇ ਅਕਾਊਂਟ 'ਚੋਂ ਪੈਸੇ ਗਾਇਬ ਹੋਏ ਸੀ, ਜਿਹੜੇ ਕਿ ਉਹਨਾਂ ਨੇ ਨਹੀਂ ਕਢਾਏ ਸੀ, ਜਿਸ ਦੇ ਬੇਸ 'ਤੇ FIR ਤਲਵੰਡੀ ਸਾਬੋ ਦਰਜ ਕੀਤੀ ਗਈ ਹੈ। ਇਸ ਦੇ ਵਿੱਚ ਬੈਂਕ ਦੇ ਵਿੱਚ ਗੋਲਡ ਲੋਨ ਦਾ ਜਿਹੜੇ ਲੋਨ ਲੈਂਦੇ ਉਹਦਾ ਵੀ ਸੋਨਾ ਪਿਆ ਸੀ, ਉਹ ਵੀ ਗਾਇਬ ਹੋਇਆ ਹੈ, ਅਤੇ ATM ਦੇ ਵਿੱਚੋਂ ਵੀ ਪੈਸੇ ਨਿਕਲੇ ਸੀ। ਉਹ ਸਾਰਾ ਕੁਛ ਇਹ 'ਚ ਇਨਕਲੂਡਿਡ ਹੈਗਾ FIR ਦੇ ਵਿੱਚ, ਅਤੇ ਉਸਦੀ ਅੱਗੇ ਪੜਤਾਲ ਚੱਲ ਰਹੀ ਹੈ। ਕਿਹੜੇ ਕਿਹੜੇ ਅੱਗੇ ਹੋਰ ਇਨਵੋਲਵਮੈਂਟ ਨਿਕਲਦੀ ਹੈ ਜਾਂ ਕੁਛ ਹੋਰ ਸਾਡੇ ਕੋਲ ਤੱਥ ਸਾਹਮਣੇ ਆਉਂਦੇ ਨੇ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਸੋ SBI ਦੀ ਬ੍ਰਾਂਚ ਦੇ ਵਿੱਚ ਲੱਖਾਂ ਰੁਪਏ ਦੇ ਸੋਨੇ ਅਤੇ ਪੈਸਿਆਂ ਦੇ ਗਬਨ ਦਾ ਮਾਮਲਾ ਹੈ। ਤਲਵੰਡੀ ਸਾਬੋ ਦੇ ਪਿੰਡ ਸ਼ੇਖੂਪੁਰਾ ਦੀ ਬ੍ਰਾਂਚ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਲੋਕਰਾਂ ਦੇ ਵਿੱਚ ਪਏ ਕਿਸਾਨਾਂ ਦੇ ਪੈਸੇ ਅਤੇ ਸੋਨੇ ਕੱਢ ਲਏ ਗਏ ਨੇ। ਉਹਨਾਂ ਦੇ ਜੋ ਲੋਕਰ ਨੇ ਖਾਲੀ ਹੋ ਚੁੱਕੇ ਨੇ, ਦਰਜਨਾਂ ਲੋਕਾਂ ਦੇ ਬੈਂਕ ਖਾਤੇ ਖਾਲੀ ਹੋ ਚੁੱਕੇ ਨੇ ਅਤੇ ਕਿਸਾਨਾਂ ਦੇ ਵੱਲੋਂ ਇਸ ਬੈਂਕ ਦੇ ਬਾਹਰ ਹੁਣ ਧਰਨਾ ਲਾ ਦਿੱਤਾ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਕੈਸ਼ੀਅਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉੱਚ ਪੱਧਰੀ ਜਾਂਚ ਦੀ ਮੰਗ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਸੋ ਬੇਹੱਦ ਹੀ ਗੰਭੀਰ ਮਸਲਾ ਹੈ ਕਿ ਆਖਰ ਇੰਨੇ ਪੈਸੇ ਇੱਕਦਮ ਕਿੱਥੋਂ ਕੱਢੇ ਗਏ, ਕਿਸਦੀ ਮੁਲੀ ਭੁਗਤ ਦੇ ਨਾਲ ਕੱਢੇ ਗਏ? ਇਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਸਾਡੇ ਸਹਿਯੋਗੀ ਮੁਨੀਸ਼, ਸਾਡੇ ਨਾਲ ਜੁੜੇ ਨੇ। ਮੁਨੀਸ਼, ਪੂਰਾ ਮਾਮਲਾ ਕੀ ਹੈ, ਹੁਣ ਤੱਕ ਕੀ ਕੁਝ ਕਾਰਵਾਈ ਕੀਤੀ ਗਈ ਤੇ ਕਿਸਾਨਾਂ ਦੀ ਕੀ ਕੁਝ ਮੰਗ ਹੈ ਹੁਣ? ਬਿਲਕੁਲ, ਦੇਖੋ, ਇਹ ਮਾਮਲਾ ਪਿੰਡ ਸ਼ੇਖਪੁਰਾ ਦਾ, ਜਿੱਥੇ SBI ਦੀ ਬ੍ਰਾਂਚ ਹੈ ਤੇ ਬ੍ਰਾਂਚ ਵਿੱਚ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਨੇ, ਲੋਕ ਜਿਹੜੇ ਆਪਣੇ ਪੈਸੇ ਜਮ੍ਹਾਂ ਕਰਾਉਂਦੇ ਨੇ ਤਾਂ ਜੋ ਉਹਨਾਂ ਨੂੰ ਲੋੜ ਪੈਣ ਤੇ ਜਿਹੜਾ ਬੈਂਕ 'ਚੋਂ ਪੈਸਾ ਕਢਾਇਆ ਜਾ ਸਕੇ। ਇਸ ਦੇ ਨਾਲ ਨਾਲ ਕੁਛ ਲੋਕਾਂ ਨੇ ਉੱਥੇ ਗੋਲਡ ਲੋਨ ਵੀ ਲਿਆ ਹੋਇਆ, ਆਪਣਾ ਗੋਲਡ ਧਰ ਕੇ ਲੋੜ ਵੇਲੇ ਪੈਸੇ ਨੇ ਜਿਹੜੇ ਬੈਂਕ ਤੋਂ ਲਏ ਹੋਏ ਨੇ। ਜਿਸ ਤਰ੍ਹਾਂ ਹਰ ਇੱਕ ਬੈਂਕ 'ਚ ਆਈ ਚਲਾਈ ਚੱਲਦੀ ਹੈ ਲੋਕਾਂ ਦੀ, ਇਸੇ ਤਰ੍ਹਾਂ ਇਸ ਪਿੰਡ ਸ਼ੇਖਪੁਰਾ ਦੀ ਬ੍ਰਾਂਚ ਵਿੱਚ ਆ, ਜਿਹੜੀ SBI ਦੀ ਬ੍ਰਾਂਚ ਆ, ਲੋਕਾਂ ਦੀ ਲੈਣਾ ਦੇਣਾ ਚੱਲਦਾ ਸੀ, ਪਰ ਬੈਂਕ ਦੇ ਇੱਕ ਅਧਿਕਾਰੀ ਦੇ ਉੱਤੇ ਆਰੋਪ ਲੱਗੇ ਨੇ, ਜੋ ਕੈਸ਼ੀਅਰ ਹੈ ਉਸ ਵੱਲੋਂ ਕਰੋੜਾਂ ਰੁਪਏ ਦਾ ਇੱਥੇ ਬੈਂਕ 'ਚ ਜਿਹੜਾ ਘਪਲਾ ਕੀਤਾ ਗਿਆ, ਉਸਦੇ ਖਿਲਾਫ਼ ਆ ਜਿਹੜਾ ਮਾਮਲਾ ਦਰਜ ਕੀਤਾ ਗਿਆ। ਕਰੀਬ ਜਿਹੜੇ 20 ਤੋਂ 25 ਲੋਕ ਨੇ ਜਿਹਨਾਂ ਨਾਲ ਇਹ ਘਪਲਾ ਕੀਤਾ ਗਿਆ, ਜਿਹਨਾਂ ਦੇ ਖਾਤਿਆਂ 'ਚੋਂ ਪੈਸੇ ਕਢਾਏ ਗਏ ਨੇ। ਇਸਦੇ ਨਾਲ ਨਾਲ ਜਿਹਨਾਂ ਲੋਕਾਂ ਨੇ ਗੋਲਡ ਲੋਨ ਲਿਆ ਸੀ ਉਹਨਾਂ ਦਾ ਗੋਲਡ ਆ ਜਿਹੜਾ ਉਹ ਵੀ ਉੱਥੋਂ ਗਾਇਬ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਕੁਛ ਦਿਨ ਪਹਿਲਾਂ ਕਿਸਾਨਾਂ ਨੇ ਬੈਂਕ ਮੂਹਰੇ ਧਰਨਾ ਲਾਇਆ ਤੇ ਲਗਾਤਾਰ ਕਿਸਾਨਾਂ ਵੱਲੋਂ ਜਿਹੜੀਆਂ ਸ਼ਿਕਾਇਤਾਂ ਪੁਲਿਸ ਨੂੰ ਕੀਤੀਆਂ ਜਾ ਰਹੀਆਂ ਸੀ ਉਸਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ। ਹੁਣ ਕੈਸ਼ੀਅਰ ਦੇ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਕੈਸ਼ੀਅਰ ਫਿਲਹਾਲ ਫਰਾਰ ਹੈ ਤੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ। ਉਧਰੋਂ
ਕਿਸਾਨਾਂ ਦਾ ਕਹਿਣਾ ਕਿ ਇਸ ਮਾਮਲੇ ਵਿੱਚ ਇਕੱਲਾ ਕੈਸ਼ੀਅਰ ਨਹੀਂ ਤੇ ਕੁਝ ਹੋਰ ਲੋਕ ਵੀ ਨੇ, ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇਹ ਮਾਮਲਾ ਕਰੋੜਾਂ ਰੁਪਏ ਨਾਲ ਜੁੜਿਆ ਹੋਇਆ ਤੇ ਜੇਕਰ ਬੈਂਕ ਜੀ ਜਿੱਥੋਂ ਬੰਦਾ। ਠੀਕ ਹੈ ਮਨੀਸ਼, ਸ਼ੁਕਰੀਆ ਜਾਣਕਾਰੀ ਦੇਣ ਦੇ ਲਈ, ਅੱਗੇ ਦੀ ਅਪਡੇਟ ਅਸੀਂ ਤੁਹਾਡੇ ਤੋਂ ਲੈਂਦੇ ਰਹਾਂਗੇ।